ਅਸਾਂ ਅਕਸਰਾ ਉੱਥਾਂ ਰਹਿੰਦੇ ਹਾਂ ਅਸੀਂ ਛੋਟੇ ਹਾਸ ਹੈ ਨਾ ਥੋੜ੍ਹੇ ਹਿੰਦੂ ਉੱਥਾਂ ਬਹਿੰਦੇ ਹਨ ਅੱਛਾ ਅਸਾਂ ਇੱਥੋਂ ਦੇ ਹੁਣ ਆਏ ਹਾਂ ਬਾਅਦ ਦੇ ਜਿਹੜੇ ਨਹਿਰ ਆਈਏ ਅੱਛਾ ਪਹਿਲੇ ਕਿੱਥਾਂ ਰਹਿੰਦੇ ਅਸੀਂ ਖੂਹ ਕਾਇਮ ਵਾਲਾ ਇਹ ਲਾਲੂ ਫਕੀਰ ਦਾ ਨਾ ਦਰਬਾਰ ਦਰਬਾਰ ਅੱਛਾ ਇਹ ਲਾਲੂ ਫਕੀਰ ਤੜਾਂ ਵੀ ਹੁੰਦਾ ਹੈ ਕਿਰਾੜਾਂ ਦੇ ਟਾਈਮ ਵਿੱਚ ਹਾਂ ਇਹ ਛੋਕਰ ਹਾ ਫਕੀਰ ਇਹਦਾ ਫਿਰਾ ਕੇ ਇਹ ਪੜ੍ਹਦੇ ਹਨ ਲਾਲੂ ਫਕੀਰ ਦੇ ਇਹ ਤੁਹਾਡੀ ਕੌਮ ਵਿੱਚੋਂ ਹੈ ਜਾਂ ਕਹਿਣਾ ਚਾਹੁੰਦੇ ਕਰੀਬੀ ਹੈ ਸਾਡਾ ਜੂਤਿਆਂ ਚੋਂ ਹੈ ਹਾਂ ਉਹਦੇ ਉਹ ਖੂਹ ਦੇ ਵੀ ਸਾਡਾ ਹਿੱਸਾ ਹੈ ਅੱਛਾ ਉਹ ਖੂਹ ਦਾ ਨਾਂ ਹੈ ਕਾਇਮ ਕਾਇਮ ਵਾਲਾ ਖੂਹ ਇਹ ਉਹਦੇ ਜਿਹੜੇ ਕਿਰਾੜਾਂ ਵਾਲੇ ਹਨ ਉਹਨਾਂ ਦਾ ਨਾਂ ਕਿਆ ਹੈ ਖੂਹਾਂ ਦਾ ਉੱਥਾਂ ਇਹਨਾਂ ਦਾ ਨਾਂ ਮੰਦੋ ਹੈ ਇਹਨਾਂ ਦਾ ਨਾਂ ਸਾਡੇ ਨੇੜੇ ਕਾਨੀ ਕਿਰਾੜਾਂ ਦਾ ਖੂਹ ਹਾਂ ਹਾਂ ਸੁਣੀ ਨਾ ਠੀਕ ਹੈ ਕਮੇਰਾ ਵਾਲਾ ਹਾਂ ਹਾਂ ਅਤੇ ਉਹ ਲੋਲੂ ਵਾਲਾ ਕਾਇਮ ਵਾਲਾ ਭੱਟੀ ਵਾਲਾ ਭੱਟੀ ਵਾਲਾ ਸੁਣਿਆ ਨੇ ਨੁੰਦਰਾਲੀ ਗੁੰਦਰਾਲੀ ਨੁੰਦਰਾਲੀ ਨੁੰਦਰਾਲੀ ਹਾਂ ਅੱਛਾ ਅਤੇ ਵੱਧ ਸ਼ੋਹਰਤ ਮਾਰੀਆਂ ਨੇ ਹਾਂ ਹਾਂ ਸੁਣੇ ਨਾ ਹਾਂ ਹਾਂ ਅਤੇ ਅਸਾਂ ਉੱਠਾਂ ਦੇ ਹਾਂ ਇਹ ਵਾਸਤੇ ਇਹ ਘੱਟ ਵੱਧ ਇੱਥੇ ਤਾਂ ਡਾਢੇ ਹਨ ਮੈਂ ਅੱਛਾ ਕਿਤਨੀ ਉਮਰ ਹੋ ਸੀ ਉਹ ਵੇਲੇ ਮੇਰੇ ਕਮ ਸੇ ਕਮ 8-9 ਸਾਲ ਹੋ ਸੀ 8-9 ਸਾਲ ਜ਼ਿਆਦਾ ਹੀ ਸ਼ਾਇਦ ਹੋ ਗਿਆ ਜ਼ਿਆਦਾ ਹੋ ਗਈ ਹੋ ਗਈ ਹਾਂ ਅੱਛਾ ਤੇ ਇਹ ਖੂਹ ਤੇ ਆਬਾਦੀ ਕਿਤਨੀ ਹਾਈ ਜਿਹੜਾ ਕਿਰਾੜਾਂ ਵਾਲੇ ਖੂਹ ਹਨ ਹਾਂ ਇਹਦੇ ਜਿਹੜੇ ਅਸਾਂ ਆ ਕੇ ਦੇਖਿਆਸੀਂ ਨਾ ਹਾਂਜੀ ਦੇਖੇ ਮਿਆ ਸੇ ਮੁਹਰਮਾਂ ਦਾ ਸਾਡਾ ਖੂਹ ਇਹ ਕਿਰਾੜਾਂ ਵਾਲੇ ਖੂਹ ਦੇ ਪਰਲੇ ਪਾਸੋਂ ਗੁਰਸਤਾਨ ਹੈ ਅੱਛਾ ਕਬਰਸਤਾਨ ਹੈ ਕਬਰਸਤਾਨ ਹੈ ਅੱਛਾ ਇਹ ਮੁਹਰਮ ਤੇ ਆਉਂ ਹਾਂ ਤੇ ਬਾਤ ਇੱਥਾਂ ਇਹ ਕਰੂੰ ਹਾਂ ਪਾਣੀ ਇਹ ਖੂਹ ਤੇ ਵਧੂ ਕਰੂੰ ਹਾਂ ਤੇ ਪਾਣੀ ਭਰ ਲਿਉਂ ਹਾਂ ਵੱਡੇ ਹਜ਼ਰਤ ਸਾਹਿਬ ਪੀਰ ਬਾਰੂ ਸਾਹਿਬ ਆਉਣੀ ਇੱਥਾਂ ਇੱਕ ਜਾਲ ਹੁੰਦੀ ਹੈ ਸਾਡੇ ਗੁਰਸਤਾਨ ਦੇ ਵਿੱਚ ਜਾਲ ਹੁੰਦੀ ਹੈ ਹਾਂ ਪੀਲੂ ਵਾਲਾ ਦਰਖਤ ਹਾਂ 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 ਉੱਥਾਂ ਉਹ ਤਕਰੀਰ ਕਰੇ ਨਾ ਪੇਸ਼ੀ ਦੀ ਨਮਾਜ਼ ਪੜ੍ਹਾ ਕੇ ਦੁਆ ਮੰਗ ਕੇ ਤੇ ਪਿੱਛੇ ਹਰ ਕੋਈ ਕੋਈ ਛੁੱਟੀ ਮਿਲਿਆ ਸਮਝ ਆਇਆ ਤੇ ਜਿਹੜੇ ਨਾਂ ਤੁਹਾਨੂੰ ਯਾਦ ਹਨ ਇੱਕ ਡੂ ਉਹ ਤਾਂ ਸਾਨੂੰ ਦੱਸੋ ਇੱਕ ਤੁਸੀਂ ਦੱਸਿਆ ਹੈ ਕਿਰਾੜ ਹਾਂ ਯਾਰ ਇੱਕ ਤਾਂ ਨਾਂ ਤਾਂ ਮੇਰੇ ਖਿਆਲ ਹੈ ਚੌਥੂ ਆ ਜਾਂ ਕੋਈ ਚੌਥੂ ਹਾਂ ਹਾਂ ਅੱਛਾ ਇਹ ਤਾਂ ਤੁਹਾਡੇ ਚ ਇਹ ਮੇਰੇ ਕੋਲੋਂ ਨਿਕਲੇ ਨਹੀਂ ਉਹ ਕਹਿ ਬਹਿ ਵੇਲੇ ਅਸਾਂ ਉਹਨਾਂ ਦੀ ਗੱਲ ਕਰੇ ਸੂ ਤੇ ਕੋਈ ਬੱਚਿਆਂ ਦੇ ਬਾਲਾਂ ਦੇ ਨਾਂ ਹੋਵਣ ਯਾਦ ਨਾ ਤੁਹਾਡੇ ਨਾਲ ਕੋਈ ਖੇਡਦੇ ਹੋਵਣ ਕੋਈ ਇਵੇਂ ਨਾ ਨਾ ਮੈਂ ਤਾਂ ਅਰਜ਼ ਕੀਤਾ ਪਹਿਲੇ ਕਿ ਅਸਾਂ ਉੱਥੋਂ ਇਹ 4-5 ਮੀਲ ਤੁਸੀਂ ਕਾਇਮ ਵਾਲੇ ਤੋਂ ਹਾਂ 4-5 ਮੀਲ ਵੰਡ ਆਏ ਵੰਡ ਆਏ ਤੇ ਇਹ ਖੂਹ ਹਨ ਇੱਥਾਂ ਨਜ਼ਦੀਕ ਨਜ਼ਦੀਕ ਕਿਤਨੇ ਹਨ ਇਹ ਥੋੜ੍ਹੇ ਥੋੜ੍ਹੇ ਫਾਸਲੇ ਤੇ ਮਤਲਬ 2-2, 3-3 ਕਿੱਲੇ ਦੇ ਫਾਸਲੇ ਤੇ ਹਾਂ ਇਤਨੇ ਬਸ ਬਸ ਅੱਛਾ ਤੇ ਉਹ ਮਾਲਕੀ ਕਹਿੰਦੀ ਹਾਈ ਜ਼ਿਆਦਾ ਪਹਿਲੇ ਜ਼ਿਆਦਾ ਮਾਲਕੀ ਆਵੀ ਸਾਮਟੀਆਂ ਸਾਮਟੀਆਂ ਦੀ ਸਾਮਟੀਆਂ ਕੌਮ ਬੈਠੀ ਆਈ ਪਹਿਲੇ ਵੀ ਹਾਂ ਉਹ ਖੂਹ ਉਹਨਾਂ ਦਾ ਅੱਛਾ ਇੱਕ ਜੂਤਾਂ ਦਾ ਹਾਂ ਅੱਛਾ ਵੀ ਆ ਖੂਹ ਇਹ ਜੂਤਾਂ ਦਾ ਉਹ ਭਰਨਾ ਹੈ ਜ਼ਰਾ ਇਹ ਇਵੇਂ ਆਮੋ ਸਾਮ ਹਨ ਅੱਛਾ ਅੱਛਾ ਹੁਣ ਸਮਝਾਵੇ ਜਾ ਜਾ ਉਹ ਵੱਧ ਸਾਮਟੀਆਂ ਵੇਚ ਗਏ ਹਾਂ ਇਹਨਾਂ ਕਿਰਾੜਾਂ ਜਿੱਦਾਂ ਅੱਛਾ ਜੂਤਾਂ ਦਾ ਕੁਝ ਹਿੱਸਾ ਵਿਕ ਗਿਆ ਕੁਝ ਪਿਆ ਹਾਂ ਅੱਛਾ ਸੁਣਨ ਨੇ ਠੀਕ ਅੱਛਾ ਜੇ ਵੇਲੇ ਖੂਹ ਵਿਕਦਾ ਹਾਈ ਨਾਲ ਰਕਬਾ ਹੀ ਵਿਕਦਾ ਹਾਈ ਹੈ ਰਕਬਾ ਹੀ ਵਿਕਦਾ ਹਾਈ ਹਾਂ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ ਕਿਆ ਹੈ ਮੇਰੇ ਵਾਲਦ ਸਾਹਿਬ ਦਾ ਨਾਂ ਹੈ ਵੀ ਸੁਹਾਰਾ ਸੁਹਾਰਾ ਬੜਾ ਖੂਬਸੂਰਤ ਨਾਂ ਹੈ ਬਸ ਸੁਹਾਰਾ ਮਤਲਬ ਸੋਹਣੇ ਲੱਗਣ ਵਾਲਾ ਇਹ ਬੜੇ ਸੋਹਣੇ ਨਾਂ ਬੜੇ ਪਿਆਰੇ ਨਾਂ ਅੱਛਾ ਤੁਹਾਡਾ ਨਾਂ ਤੁਸੀਂ ਦੱਸਾ ਹੈ ਅਹਿਮਦ ਬਖਸ਼ ਸਾਹਿਬ ਅਹਿਮਦ ਬਖਸ਼ ਜੱਟ ਜੂਤਾ ਜੱਟ ਜੂਤਾ ਠੀਕ ਹੈ ਇਹ ਗੁਲਾਮ ਹੁਸੈਨ ਹੈ ਮੇਰਾ ਪੁੱਤਰ ਗੁਲਾਮ ਹੁਸੈਨ ਤੁਹਾਡਾ ਬੇਟਾ ਬਿਲਕੁਲ ਤੇ ਹੋਰ ਤੁਹਾਡੇ ਚਾਚਿਆਂ ਦੇ ਨਾਂ ਕਿਆ ਹਨ ਉਹਨਾਂ ਕੋਲ ਯਾਦ ਹੋ ਸੀ ਜਿਹੜੇ ਕਿਰਾਏ ਨਾ ਮੈਂ ਕੋਈ ਚਾਚਾ ਨਾ ਯਾਦ ਹੈ ਤੁਹਾਡੇ ਚਾਚੇ ਹਾਂ ਹਾਂ ਇੱਕ ਚਾਚਾ ਦਾ ਨਾਂ ਬਾਰਾ ਬਾਰਾ ਹਾਂ ਇੱਕ ਦਾ ਨਾਂ ਗੁਲਾਮ ਸਰਵਰ ਗੁਲਾਮ ਸਰਵਰ ਇੱਕ ਦਾ ਨਾਂ ਰਾਂਝਾ ਰਾਂਝਾ ਵੀ ਨਾਂ ਹਾਂ ਹਾਂ ਤੇ ਬਹਿ ਦੇ ਨਾਂ ਹੈ ਸੁਹਾਰਾ ਸੁਹਾਰਾ ਮੈਂ ਸੁਹਾਰੇ ਦਾ ਠੀਕ ਸਰੂ ਗੁਲਾਮ ਸਰਵਰ ਦਾ ਇੱਕ ਹਾਂ ਹਾਂ ਤੇ ਰਾਂਝੇ ਦੇ ਇੱਕ ਠੀਕ ਬਾਰੇ ਦੇ ਦੂ ਹਨ ਮੈਂ ਚਾਚਾ ਬਾਰਾ ਨਹੀਂ ਦਿੱਤਾ ਉਹ ਪਹਿਲੇ ਮਰ ਗਏ ਅੱਛਾ ਇਹ ਦੱਸੋ ਉਸ ਵੇਲੇ ਉਹ ਟਾਈਮ ਜਿਹੜੇ ਬਜ਼ੁਰਗ ਹਨ ਬਈਆਂ ਕੌਮਾਂ ਦੇ ਜਿਵੇਂ ਇੱਥਾਂ ਬੈਠੇ ਹਨ ਮੋਚੀ ਬੈਠੇ ਹਨ ਜਾਂ ਬਈਆਂ ਕੌਮਾਂ ਬੈਠੀਆਂ ਹਨ ਉਹਨਾਂ 'ਚੋਂ ਜਿਹੜੇ ਕੋਈ ਬੰਦੇ ਹੋਵਣ ਉਹਨਾਂ ਦੇ ਨਾਂ ਯਾਦ ਹਨ ਤੁਹਾਨੂੰ ਉਹ ਯਾਦ ਹਨ ਕਮੇਰਾਂ ਦੇ ਕਮੇਰਾਂ ਦੇ ਅੱਛਾ ਉਹਨਾਂ ਦੇ ਕਿਹੜੇ ਹਨ ਉਹ ਇੱਕ ਜਨਾ ਹਾ ਜਾਨਾ ਇੱਕ ਜਨਾ ਹੈ ਮਸਤਾ ਹਾਂ ਅਤੇ ਬਹਿ ਜਨਾ ਹੈ ਗਾਮਾ ਹਾਂ ਹਾਂ ਬੀ ਜਨਾ ਹੈ ਖਾਨਾ ਅੱਛਾ ਬਹਿ ਜਨਾ ਹਾ ਨਾਮਾ ਵਾਹ
ਇਹ ਕੰਵੇਰੇ ਵੀ ਜੱਟ ਕੌਮ ਹੈ, ਇਹ ਵੀ ਕੌਮ ਹੈ। ਹਾਂ ਜੱਟ, ਸਾਮਟੀ ਵੀ ਆਪਣੇ ਆਪ ਕੋਈ ਜੱਟ ਲਿਖਦੇ ਹਨ ਵੀ ਅਸਾਂ ਜੱਟ ਕੌਮ ਹੈ। ਬਲੋਚ ਤਾਂ ਨਹੀਂ ਹੈ, ਨਾ ਪਠਾਨ ਹੈ ਨਾ ਬਲੋਚ ਹੈ, ਫਿਰ ਜੱਟ ਹੀ ਹੋਏ ਨਾ। ਹਾਂ ਜਿਹੜੇ ਕਾਸ਼ਤਕਾਰ ਕੌਮਾਂ ਹਨ ਉਹ ਸਾਰੀਆਂ ਜੱਟ ਹਨ। ਠੀਕ ਹੈ, ਅਤੇ ਸਾਮਟੀਆਂ 'ਚੋਂ ਕਿਹੜੇ ਹੁੰਦੇ ਹਨ ਇੱਥੇ, ਕੋਈ ਰਹਿੰਦੇ ਹਨ ਪਹਿਲੇ ਕੋਈ ਨਾ ਹਨ, ਕੋਈ ਅਹਿਮ ਤਾਂ ਉਹ ਵੇਚ ਗਏ ਹਨ, ਸਾਡੀ ਸੰਭਾਲ ਕੋਈ ਨਹੀਂ, ਆਉਂਦੇ ਹਨ ਉਹਨਾਂ ਦੀਆਂ ਕਬਰਾਂ ਹੀ ਥਾਂ ਪਈਆਂ। ਅੱਛਾ ਅੱਛਾ, ਮੁਹਰਮ 'ਤੇ ਆਉਂਦੇ ਹਨ। ਠੀਕ ਹੈ, ਜਿਵੇਂ ਮੁਹਰਮ 'ਤੇ ਤੁਸਾਂ ਸਾਹ ਬਹਿੰਦੇ ਹੈ ਕਬਰਾਂ 'ਤੇ, ਜਾ ਦੁਆ ਮੰਗਦੇ ਹੈ, ਫੈਟਾ ਦਿੰਦੇ ਹੈ, ਜਾ ਹੁਣ ਹੀ ਉਹ ਆਉਂਦੇ ਹਨ। ਹੁਣ ਸਮਝਾਵੇ, ਮੈਂ ਸਮਝ ਗਿਆ। ਠੀਕ ਹੈ, ਉਹਨਾਂ ਦਾ ਬਾਕੀ ਇੱਥੋਂ ਟੁੱਟ ਗਏ ਹਨ, ਉਹ ਉਹਨਾਂ 'ਤੇ ਲੱਗੇ ਗਏ ਹਨ, ਇਹ ਖੂਹ ਵੇਚ ਗਏ ਹਨ, ਕੋਈ ਥੋੜ੍ਹਾ ਜਿਹਾ ਰਹਿ ਗਿਆ ਹਾ, ਉਹ ਹਿੱਸਾ ਉਹ ਬਸ਼ੀਰ ਹੁੰਦਾ ਇੱਕ ਇਹ 'ਤੇ ਮੂਸਾ ਹੀਰਾ। ਅੱਛਾ, ਇਹ ਜਿਹੜਾ ਲਾਲ ਫਕੀਰ ਹੈ ਇਹ ਉਸ ਵੇਲੇ ਛੋਟਾ ਹੈ ਇਹ? ਹਾਂ, ਉਹ ਇਹ ਜਿਹੜਾ ਇੱਥੇ ਦਫ਼ਨ ਹੈ ਨਾ, ਇਹ ਮੇਰੇ ਚਾਚਾ ਕੋਈ ਨਹੀਂ ਪਹਿਲੇ ਦਾ, ਪਹਿਲੇ ਦਾ ਇੱਕੋ ਤੇ ਜ਼ਿੰਦਾ ਹੈ ਉਹ ਵੇਲੇ ਕਿਰਾੜਾਂ ਦੇ ਟਾਈਮ ਵਿੱਚ, ਇਹ ਪਹਿਲੇ ਵਫਾਤ ਪਾ ਗਏ। ਅੰਦਾਜ਼ਾ ਹੀ ਮੈਂ, ਕਿਉਂਕਿ ਮੇਰੇ ਚਾਚਾ ਜੋ ਨਹੀਂ ਸੰਭਾਲਦਾ, ਇਹ ਤਾਂ ਨਜ਼ਦੀਕ ਕਿਰਾੜ ਹੋ ਸਣ, ਕਿਰਾੜ ਮੇਰਾ ਖਿਆਲ ਕੋਈ ਦੀਵਾ ਸ਼ਿਵਾ ਕੋਈ ਇਵੇਂ ਚਾ ਬਲੈਂਦੇ ਹੋ ਸਣ ਇੱਥਾਂ, ਕੋਈ ਆਪਣਾ ਇੱਕ ਮਨੈਂਦੇ ਹੋ ਸਣ, ਉਹ ਜੂਤਾ ਹੀ ਕਹਾ ਉਹ ਬਲੈਂਦਾ, ਉਹ ਬਤ ਘਰ ਵਾਲੀ ਬਲੈਂਦੀ ਉਹ ਮਰ ਗਿਆ। ਅੱਛਾ ਅੱਛਾ ਅੱਛਾ, ਹੁਣ ਸਮਝਾਵੇ। ਅੱਛਾ ਅੱਛਾ, ਇਹ ਫਕੀਰ ਜਿਵੇਂ ਮਸਤ ਫਕੀਰ ਹੁੰਦੇ ਨੇ ਇਵੇਂ ਹੈ ਲਾਲੂ ਫਕੀਰ? ਇਵੇਂ ਹੈ, ਹੈ। ਹਾਂ, ਸਾਡੇ ਲੋਕ ਵੀ ਬੜੇ ਮਨੈਂਦੇ ਹਨ ਜਿਹੜੇ ਮੁਹਾਜਰ ਆਏ ਹਨ ਨਾ ਜੀ ਸਾਰੇ। ਹਾਂ, ਮੈਂ ਆਪ ਖੀਰ ਗਿਣ ਕੇ ਆਉਂਦਾ ਜੀ ਇੱਥਾਂ। ਇੱਥੇ ਇੱਕ ਜਾਲ ਹੁੰਦੀ ਹੈ ਕਿ ਇੱਕ ਕਬਰ ਹੁੰਦੀ ਹੈ? ਅੱਛਾ, ਇੱਕ ਜਾਲ ਦਾ ਦਰਖਤ ਪੀਲੂ ਦਾ ਤੇ ਇੱਕ ਕਬਰ ਹੁੰਦੀ ਹੈ? ਇੱਕ ਕਬਰ ਹੁੰਦੀ। ਹਾਂ ਹਾਂ ਹਾਂ, ਉਹ ਤੋਂ ਬਾਅਦ ਇੱਕ ਸਾਡੀ ਜੂਤੀ ਮਰ ਜੀਏ। ਹਾਂ, ਇਹ ਗੱਲ ਜ਼ਿਹਨ 'ਚ ਰੱਖੇ ਜਾ, ਕਬਰ ਜਿਹੜੇ ਮਰੇ ਨੇ ਹੈ। ਹਾਂ ਹਾਂ, ਇਤਨਾ ਟੋਇਆ ਉੱਥੇ ਕੋਈ ਨਿਸ਼ਾਨ ਖਾਨ ਆਈ ਕਬਰ, ਤੂੰ ਹੀ ਖੀਰ ਦੇ ਬਣਾ ਨਾ ਹੈ ਹਿਕਲ ਲਈ ਆਈ। ਹਾਂ ਹਾਂ, ਅੱਜ ਤਾਂ ਹੁਣ ਆਬਾਦੀ ਬਣੀ ਖੜੀ ਹੈ, ਸੁਣੀ ਨਾ ਜਾ, ਤੇ ਉਹ ਜਿਹੜੇ ਅਸਾਂ ਗਏ ਹਾਂ ਥੋੜ੍ਹੇ ਜਿਹੇ ਹੇਠਾਂ। ਹਾਂ, ਇਹਦੀ ਕਸਤੂਰੀ ਦਿਕਾਰ ਖੁਸ਼ਬੋ। ਅੱਛਾ, ਕਾਫੀ ਬੰਦੇ ਹਾਸੇ, ਕਿਉਂਕਿ ਹਾਂ ਹਾਂ ਇਹ ਕਦਾ ਕਾ ਹੁੰਦੇ ਜਾ, ਸੁਣੀ ਨਾ। ਹਾਂ ਹਾਂ, ਤਰਾਏ ਦਿਹਾੜੇ ਯਕੀਨ ਕਰੇ ਜਿੰਨਾ ਜਿੰਨਾ ਉਹ ਖੁਸ਼ਬੋ ਦੀ ਹੱਥਈ ਹੈ ਨਾ। ਹਾਂ ਹਾਂ, ਮਹਿਕਮ। ਹਾਂ, ਤਰਾਏ ਦਿਹਾੜੇ ਸਾਡੇ ਇਵੇਂ ਦਿਲ ਦੇ ਵਿੱਚ ਜੰਮੀ ਖੜੀ ਰਹੀਏ, ਕਿਉਂਕਿ ਭਲਾ ਬੰਨ ਚੱਕੀ ਚੱਲ। ਹਾਂ ਹਾਂ, ਸੁਣੀ ਨਾ। ਅੱਛਾ, ਕਬਰ ਵਾਲਾ ਫੋਲਾ ਨਹੀਂ ਬਈ, ਜਾਵਲਾ ਟੋਇਆ ਮਾਰਾ। ਅੱਛਾ, ਇਹ ਦੱਸੋ ਇੱਥੇ ਇੱਕ ਬੀਆ ਖੂਹ ਵੀ ਹੁੰਦਾ ਹੈ ਜਿੱਥਾਂ ਜਵੇਦ ਨਗਰ ਦੇ ਨਜ਼ਦੀਕ ਹੈ, ਉੱਥਾਂ ਵੀ ਕਿਰਾੜਾਂ ਦਾ ਘਰ ਹੈ ਕੋਈ? ਹਾਂ 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 ਹਾਂ, ਠੀਕ ਹੈ ਨਾ ਜੀ। ਹਾਂ, ਉੱਥਾਂ ਵੀ ਕਹਿੰਦਾ ਤੂੰ ਪਤਾ ਤੁਹਾਨੂੰ ਕੌਣ ਰਹਿੰਦਾ ਹੈ, ਉਹਨਾਂ ਦੇ ਨਾਵਾਂ ਦਾ ਪਤਾ ਹੈ ਕੋਈ? ਅਤੇ ਫਤਿਹਪੁਰ ਆਉਂਦੇ ਵਹਿੰਦੇ ਰਹਿੰਦੇ ਤੁਸਾਂ? ਕੋਈ 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 ਉਹਨੇ ਛੋਟਿਆ ਸੀ ਨਾ। ਅੱਛਾ ਅੱਛਾ, 8-9-10 ਸਾਲ ਦੇ ਜਾਂ 12 ਸਾਲ ਦੇ ਉਸ ਨੂੰ ਉਵੇਂ ਯਾਦ ਹੈ ਕਦੀ ਗਏ ਤੇ ਕਿਵੇਂ ਦੀ ਆਬਾਦੀ ਹਾਈ, ਕਿਵੇਂ ਦੇ ਲੋਕ ਹਨ? ਬਸਤੀ ਹਾਈ ਇਹਨਾਂ ਹਿੰਦੂਆਂ ਦੀ ਜੀ, ਮੈਂ ਜੀਆਂ ਚਾਚੇ ਦੇ ਨਾਲ। ਅੱਛਾ, ਪੀਰ ਛੱਤਰ ਗਏ ਹੈ ਜ਼ਾਰਤ ਮੰਕੀ ਚੀ ਸੀ। ਅੱਛਾ, ਹੁਣ ਸਮਝਾਵੇ ਜਾ, ਇਹ ਇੱਕ ਬਸਤੀ ਆਈ ਸੁਣਾ ਰਹੇ ਹਨ ਹਿੰਦੂਆਂ। ਹਾਂ ਹਾਂ, ਅਸਾਂ ਦੇ ਲੋਕ ਉਲੇ ਜਿਹੜੇ ਹਨ ਅੱਛੇ ਲੋਕ ਹਨ, ਬਹੁ ਇਹਨਾਂ ਕੋਲ ਚੰਗਾ ਨਾ ਜਾਣਦੇ, ਯਾਨੀ ਹਿੰਦੂਆਂ ਕੋ। ਹਾਂ, ਕਿਉਂਕਿ ਅਕਸਰੀਅਤ ਇਹ ਮੁਸਲਮਾਨਾਂ ਦੀ ਹੈ ਨਾ, ਮੁਸਲਮਾਨਾਂ ਦੀ ਹੈ। ਹਾਂ, ਤੇ ਮੁਸਲਮਾਨ ਜਿਹੜੇ ਨਾ ਉਹ ਇਹਨਾਂ ਨੂੰ ਚੰਗਾ ਨਹੀਂ ਸਮਝਦੇ, ਕਮਜ਼ੋਰ ਨਾ ਹਨ ਉਲੇ, ਤਕੜੇ ਹਨ, ਚੰਗੇ ਸਮਝਦੇ। ਤੇ ਉਵੇਂ ਇਹ ਬੰਦੇ ਕਿਵੇਂ ਦੇ ਹਨ ਜਿਹੜੇ ਕਿਰਾੜ ਹਨ, ਮਤਲਬ ਆਪ ਤਲਕਾਤ ਵਾਕਫੀਅਤ ਮੇਲ ਜੋਲ ਲੋਕਾਂ ਦੇ ਨਾਲ ਅੱਛਾ ਹੈ ਜਾਂ ਕਿਵੇਂ ਹੈ? ਬਸ ਇਵੇਂ ਦਰਮਿਆਨਾ ਗਿਆ। ਹਾਂ, ਦਰਮਿਆਨਾ। ਹਾਂ ਹਾਂ, ਮਤਲਬ ਕਹਿਣ ਨਾਲ ਸ਼ਰਾਰਤਬਾਜ਼ੀ ਕਹਿਣ ਨਾਲ? ਨਾ ਨਾ, ਇਹ ਗੱਲ ਨਾ ਕਰ, ਇਵੇਂ ਦਾ ਕੋਈ ਇਵੇਂ ਦਾ ਹਾਂ ਹੀ ਨਹੀਂ ਕਰਨ। ਰਾਈਟ, ਜਿਵੇਂ ਵੇਲੇ ਇੱਥੋਂ ਗਏ ਉਹਦਾ ਕੋਈ ਯਾਦ ਹੈ ਕਿਵੇਂ ਨਿਕਲੇ ਹਨ ਤੇ ਕੀ ਕਿਆ ਇਹਨਾਂ ਨਾਲ ਕੋਈ ਮਸਲਾ ਤਾਂ ਨਹੀਂ ਬਣਾ? ਮਸਲਾ ਵੀ ਆ ਕੋਈ ਕਾ ਨਹੀਂ ਬਣਾ। ਹਾਂ, ਜਾਨ ਮੁਹੰਮਦ ਸ਼ਾਹ ਹੁੰਦਾ ਹਾਂ ਇਹਨਾਂ ਦਾ ਰਖਵਾੜਾ ਰਿਹਾ 3-4 ਦਿਹਾੜੇ। ਜਾਨ ਮੁਹੰਮਦ ਸ਼ਾਹ ਜੀ? ਹਾਂ, ਸਮੁੰਦਰ ਖੂਹ ਦੇ। ਕਿਹੜੇ ਖੂਹ ਦੇ? ਸਮੁੰਦਰ ਖੂਹ। ਹਾਂ, 309 ਚੱਕ ਚ ਸਮੁੰਦਰ ਖੂਹ, ਉੱਥੇ ਸੈਯਦ ਬੈਠੇ ਹਨ। ਬੈਠੇ ਇਹ ਕਿਹੜੇ ਹਨ? ਬੁਖਾਰੀ ਹਨ ਮੇਰਾ ਖਿਆਲ ਹੈ, ਇਨਾਇਤ ਸ਼ਾਹ ਵਾਲੇ, ਉਹਨਾਂ ਚ ਲੜੀ ਚੋਂ ਹਾਂ, ਉਹਨਾਂ ਨੇ ਲੜੀ। ਅੱਛਾ, ਉਹ ਇਹਨਾਂ ਦਾ ਰਖਵਾਲਾ? ਹਾਂ, ਰਖਵਾਲਾ ਹੀ ਵਾਸਤੇ ਕਿ ਉਹ ਤਾਕਤ ਆਲਾ, ਤਾਕਤ ਆ, ਉਹ ਕੋਈ ਬਾਕੀ ਮੁਸਲਮਾਨ ਉਹਦਾ ਆਖਾ ਮਨੇ ਨੇ ਹਨ ਰਹਿ ਬੰਦੇ। ਸਹੀ ਸਹੀ, ਉਹਨਾਂ ਕੋਲ ਲੁੱਟਾ ਕਾ ਨਾ। ਅੱਛਾ ਅੱਛਾ ਅੱਛਾ, ਜਿਹੜੇ ਇੱਥੋਂ ਗਏ ਉਹਨਾਂ ਕੋਲ ਨਹੀਂ ਕੁਛ ਨਹੀਂ ਇੱਥੋਂ, ਇਹ ਜਿਹੜਾ ਨਾ ਲੱਡ ਕਰਾਂਗੇ। ਹਾਂ, ਤੇ ਲਈਏਗਾ ਇੱਥੋਂ, ਲਈਏ ਗਏ, ਲਈਏ ਗਏ। ਅੱਛਾ, ਲਈਏ ਚੋਂ ਪਿੱਛੇ ਗੱਡੀਆਂ 'ਤੇ ਗਏ ਜਾਂ ਜਿਵੇਂ ਰੇਲ ਗੱਡੀ 'ਤੇ ਜਾਂ ਜਿਵੇਂ? ਹੈਂ,
ਸਾਰੇ ਇਕੱਠੇ ਥੀ ਕੇ ਸਾਰੇ ਇਕੱਠੇ ਥੀ ਕੇ ਯਾਨੀ ਅਮਨ ਅਮਾਨ ਨਾਲ ਇੱਥੋਂ ਨਿਕਲੇ ਇੱਥੋਂ ਅਮਨ ਅਮਾਨ ਅੱਛਾ ਉਹ ਚਾਚਾ ਜੀ ਆਪਣੇ ਵਤਨ ਨੂੰ ਯਾਦ ਬੜਾ ਕਰਦੇ ਇਹ ਜਿਹੜੇ ਫਤਿਹਪੁਰ ਚੋਂ ਗਏ ਨਾ ਉਹਨਾਂ ਚੋਂ ਕੁਛ ਲੋਕ ਜਿਹੜੇ ਨਾ ਉਹ ਮੇਰੇ ਸੰਗਤੀ ਮਤਲਬ ਇਵੇਂ ਜਿਵੇਂ ਹੁੰਦੇ ਨਾ ਕੰਪਿਊਟਰ ਦੇ ਉੱਤੇ ਉਹ ਜ਼ਿੰਦਾ ਜ਼ਿੰਦਾ ਹੈ ਜਿਹੜੇ ਜਾਂ ਅੱਗੋਂ ਉਹਨਾਂ ਕੋ ਬੜਾ ਮਤਲਬ ਚਾਹਤ ਹੈ ਉਹਨਾਂ ਮੇਰੇ ਕੋ ਆਖਿਆ ਮੰਦੋ ਮੁਰਾਦ ਤੇ ਪਤਾ ਕਰੇ ਅੱਛਾ ਫਤਿਹਪੁਰ ਪਤਾ ਕਰੇ ਚੁਬਾਰੇ ਵਾਲਿਆਂ ਦੇ ਨਾਂ ਦੀ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਏ ਹਨ ਉਹਨਾਂ ਦਾ ਪਤਾ ਕਰੇ ਬੰਦਾ ਖੁਸ਼ੀ ਨਾਲ ਗਿਆ ਹੋਵੇ ਉਹ ਕੋਈ ਦੁੱਖ ਨਾ ਪਹੁੰਚਾ ਹੋਵੇ ਤੇ ਵੱਲ ਉਹਦਾ ਦਿਲ ਕਰਿੰਦਾ ਹੈ ਕਿ ਮੈਂ ਆਪਣੇ ਵਤਨ ਕੋ ਯਾਦ ਕਰਾਂ ਉਹ ਯਾਦ ਕਰਿਆ ਦੇ ਉਸਨ ਬਾ ਅਮਾਨ ਗਨ ਮੈਂ ਅਰ ਸੱਚੀ ਕੋ ਅੱਗੇ ਕੀਤੇ ਇਵੇਂ 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 ਨਹੀਂ ਨਾ ਇਵੇਂ ਆਖੇ ਤੇ ਮੈਂ ਤੈਨੂੰ ਦੱਸਿਆ ਕਿ ਇੱਕ ਬਾ ਅਮਾਨ ਗਨ ਹਾਂ ਹਾਂ ਫਿਰ ਵੀ ਯਾਦ ਆਉਂਦਾ ਯਾਦ ਆਉਂਦਾ ਜਾਨ ਮਹਮਦ ਸ਼ਾਹ ਦਾ 3-4 ਦਿਹਾੜੇ ਇੱਥਾਂ ਪਾਰਾ ਜੀ ਉਹ ਅੱਛਾ ਸੈਯਦ ਨੇ ਜਾਨ ਮੁਹੰਮਦ ਸ਼ਾਹ ਨੇ ਪਾਰਾ ਦਿੱਤੀ ਰੱਖਿਆ ਹਾਂ ਉਹਨਾਂ ਦੇ ਮਾਲ ਤੇ ਔਰਤਾਂ ਤੇ ਬੰਦਾਂ ਤੇ ਉਹ ਕਿਉਂਕਿ ਵੀ ਇਹਨੂੰ ਅੱਜ ਸੁਣਦੇ ਹਨ ਬਈ ਫਲਾਣੀ ਜਾਤ ਮੁਸਲਮਾਨਾਂ ਕੋ ਹਿੰਦੂਆਂ ਮਾਰੇ ਗੁਲਾਮ ਰਸੂਲ ਅੱਛਾ ਗੁਲਾਮ ਰਸੂਲ ਦਾ ਵਾਲਦ ਹੱਸੂ ਹੱਸੂ ਤੇ ਮਸੂ ਹੱਸੂ ਤੇ ਦੂ ਭਰਾ ਮਸੂ ਮਸੂ ਦੂ ਭਰਾ ਤੇ ਹੁਸੈਨ ਦਾ ਹੈ ਗੁਲਾਮ ਰਸੂਲ ਹੁਸੈਨ ਅੱਛਾ ਜੇ ਕੋ ਹੱਸੂ ਆ ਦੇਣ ਨਾ ਹੁਸੈਨ ਵੀ ਹੈ ਹੁਸੈਨ ਵੀ ਹੈ ਅੱਛਾ ਅੱਛਾ ਉਹਨਾਂ ਦੇ ਹਨ ਬਈ ਅੱਛਾ 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 ਉਹਨਾਂ ਦੇ ਵਿੱਚੋਂ ਹਾਂ ਇੱਕ ਜਾਂਦੂ ਇੱਕ ਜਨਾ ਮੁਹੰਮਦ ਬਾਸ਼ਕਾ ਬੈਦਨ ਅੱਲਾ ਬਖ ਜੇ ਤੁਸੀਂ ਦੱਸਿਆ ਪਿਆ ਨਾ ਰਮਜ਼ਾਨ ਹਾਂ ਹਾਂ ਰਮਜ਼ਾਨ ਦਾ ਉਹ ਦਾਦਾ ਦਾਦਾ ਹਾਂ ਜਿਹੜਾ ਉਹ ਵੇਲੇ ਜ਼ਿੰਦਾ ਹੁੰਦਾ ਉਸ ਟਾਈਮ ਜ਼ਿੰਦਾ ਅੱਛਾ 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 ਮਾਸ਼ਾਅੱਲਾ ਠੀਕ ਠੀਕ ਬੜਾ ਖੂਬ ਹੈ ਨਾ ਚਾਹ ਪੀਵੋ ਸਹੀ ਮੈਂ ਪੀਂਦਾ ਜੀ ਪੀਂਦਾ ਬੜੀ ਅੱਛੀ ਤੁਹਾਡੇ ਨਾਲ ਗੱਪਸ਼ਪ ਹੋਈ ਜੀ ਮਾਸ਼ਾਅੱਲਾ ਤੁਸੀਂ ਸਾਰੀਆਂ ਯਾਦਾਂ ਤਾਜ਼ਾ ਕੀਤੀਆਂ ਹੁਣ ਤੇ ਇੱਥੇ ਲਹਿਰਾਂ ਬਹਿਰਾਂ ਆ ਉਸ ਵੇਲੇ ਤੇ ਮੇਰਾ ਖਿਆਲ ਹੈ ਇਵੇਂ ਟਿੱਬੇ ਹੋ ਸਨ ਜੰਗਲ ਟਿੱਬੇ ਹਾਂ ਹੁਣ ਤੇ ਆਬਾਦੀ ਠੀਕ ਗਈ ਇਹ ਮਸਜਿਦ ਬੜੀ ਸੋਹਣੀ ਬਣਾਈ ਆ ਤੁਸੀਂ ਅੱਲਾ ਸੋਹਣੇ ਦੀ ਮਿਹਰਬਾਨੀ ਬਹੁਤ ਖੂਬਸੂਰਤ ਨਹੀਂ ਨਹੀਂ ਬਸ ਦਿੱਤਾ ਹੋਇਆ ਨਾ ਜੀ ਰੱਬ ਨੇ ਤੇ ਬਣਾਈ ਹੈ ਸਾਰਾ ਬੰਦੋਬਸਤ ਕੀਤਾ ਹੋਇਆ ਹਾਂ ਇਹਦਾ ਤਾਂ ਆਖੂ ਬਈ ਅਜਰ ਮਿਲੇ ਤੇ ਬਾਕੀ ਇਨਸ਼ਾਅੱਲਾ ਦੁਬਾਰਾ ਫਿਰ ਮਿਲਾਂਗੇ ਕਿਸੇ ਵੇਲੇ ਪੂਰੀ ਤਫਸੀਲ ਦੇ ਨਾਲ ਮੈਂ ਨਜ਼ਦੀਕ ਤਾਂ ਹੈ ਮੈਂ ਹੁਣ ਬਸ ਗਿਆ ਅੱਲਾ ਖੈਰ ਕਰੇ ਹੈ